ਚੌਧਰੀ ਰੌਣਕ ਮਲਪ ਮੱਤਰ ਗਿਆ। ਉਹ ਸਿਰ ਤੋਂ ਪੈਰਾਂ ਤੱਕ ਕੰਬ ਉਠਿਆ। ਪਸੀਨਾ ਉਹਦੀ ਚੋਕਣੀ ਗੋਗੜ ਤੇ ਇਉਂ ਫਿਰ ਗਿਆ। ਜਿਵੇਂ ਰੱਜੀ ਹੋਈ ਭੋਂ ਉੱਪਰ ਕੱਸੀ ਦਾ ਪਹਿਲਾ ਪਾਣੀ ਫਿਰ ਜਾਂਦਾ ਹੈ। ਉਹਨੂੰ ਸ਼ਾਮ ਦੇ ਕੁਸਮਸੇ ਤੋਂ ਡਰ ਲੱਗ ਰਿਹਾ ਸੀ। ਚੁਪਾਸੀ ਵਰਤੀ ਮੌਤ ਜਹੀ ਚੁੱਪ ਨੇ ਉਹਨੂੰ ਹੋਰ ਵੀ ਭੈ ਭੀਤ ਕਰ ਦਿੱਤਾ। ਉਨੇ ਆਪਣੇ ਆਲੇ ਦੁਆਲੇ ਦੇਖਿਆ ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ ਪੱਕ ਦੀ ਪੱਠੀ ਵਿੱਚੋਂ ਨਿਕਲਦੇ ਪੰਗਰੇ ਲੋਹੇ ਵਰਗੇ ਭਿਆਨਕ ਖਿਆਲਾਂ ਨੇ ਉਹਦੇ ਲਹੂ ਦਾ ਦੌਰਾ ਤੇਜ਼ ਕਰ ਦਿੱਤਾ ਭਿਆਨਕ ਤੇ ਅਜੀਬ ਜਿਹੇ ਖਿਆਲ ਉਸ ਨੂੰ ਆਉਣ ਲੱਗੇ ਤੇ ਮੌਤ ਵਰਗੇ ਕਈ ਖਿਆਲ ਉਹਦੇ ਮਨ ਵਿੱਚ ਆਏ ਜੇ ਭਲਾ ਇਸ ਹਨੇਰੀ ਰਾਤ 'ਚ ਮੈਨੂੰ ਕੋਈ ਮਾਰ ਜਾਏ ਮੇਰਾ ਗਲ ਹੀ ਘੁੱਟ ਦੇਵੇ ਜਾਂ ਰੱਸਿਆਂ ਨਾਲ ਨੂੜ ਕੇ ਮੈਨੂੰ ਕੀੜੀਆਂ ਦੇ ਭੌਣ ਤੇ ਸੁੱਟ ਜਾਏ ਕੀੜੇ ਮੇਰੀ ਬੋਟੀ-ਬੋਟੀ ਚੂਣ ਲੈਣਗੇ ਫਿਰ ਉਹਨੂੰ ਯਾਦ ਆਇਆ ਕਿ ਕਿਵੇਂ 15 ਦਿਨ ਪਹਿਲਾਂ ਇਹੋ ਜਿਹੀ ਇੱਕ ਸ਼ਾਮ ਨੂੰ ਤਿੰਨ ਡਾਕੂਆਂ ਨੇ ਲਾਗਲੇ ਪਿੰਡ ਨੂੰ ਜਾਂਦੇ ਕਿਸੇ ਪਿਓ-ਪੁੱਤ ਨੂੰ ਘੇਰ ਲਿਆ ਸੀ ਪਿਓ ਦੇ ਦੇਖਦਿਆਂ ਦੇਖਦਿਆਂ ਪੁੱਤ ਨੂੰ ਗੋਲੀਆਂ ਨਾਲ ਛਾਣ ਦਿੱਤਾ ਸੀ ਉਸ ਪਿੱਛੋਂ ਪਿਓ ਨੂੰ ਵੀ ਟਾਲੀਓਲੇ ਲੁਕਿਆ ਕੋ ਇਰਾਹੀ ਇਹ ਦੇਖ ਕੇ ਡਰ ਗਿਆ ਸੀ ਤੇ ਭੱਜ ਉੱਠਿਆ ਸੀ ਭੱਜੇ ਜਾਂਦੇ ਉਹਦੇ ਕੰਨਾਂ ਕੋਲ ਦੀ ਕਿੰਨੀਆਂ ਹੀ ਗੋਲੀਆਂ ਛਾਂ ਛਾਂ ਕਰਦੀਆਂ ਲੰਘ ਗਈਆਂ ਸਨ ਪਰ ਉਹ ਬਚ ਗਿਆ ਇਹ ਸਾਰੀ ਵਿਥਿਆ ਇਹ ਸਾਰੀ ਵਿਥਿਆ ਚੌਧਰੀ ਰੌਣਕਮਲ ਨੇ ਆਪ ਆਪਣੇ ਕੰਨੀ ਉਸ ਬੰਦੇ ਤੋਂ ਸੁਣੀ ਸੀ ਪਰ ਉਹ ਤਾਂ ਇਸ ਸੁੰਸਾਨ ਵਿੱਚ ਇਕੱਲਾ ਸੀ ਬਿਲਕੁਲ ਇਕੱਲਾ ਇੱਕ ਵਾਰੀ ਫੇਰ ਉਸ ਦਾ ਸਾਰਾ ਸਰੀਰ ਕੰਬ ਗਿਆ ਦੂਰ ਸਾਹਮਣੇ ਚ ਰਸਤੇ ਵਿੱਚ ਕਿਸੇ ਪੁੱਤ ਵਿਗੁੱਚੀ ਦੇ ਬਾਲੇ ਟੂਣੇ ਤੇ ਦੀਵੇ ਦੀ ਲਾਟ ਕੰਬ ਰਹੀ ਸੀ ਕਾਲੀ ਕਾਲੀ ਉਹ ਆਪਣੇ ਘਰ ਨੂੰ ਤੁਰ ਪਿਆ ਕੀੜਿਆਂ ਦੇ ਭੌਣ ਤੇ ਤਿਲ ਚੋਲੀ ਪਾਉਣ ਆਇਆ ਉਹ ਬੜੇ ਠਰਮੇ ਨਾਲ ਹਵਾ ਨਾਲ ਹਟਖੇਲੀਆਂ ਕਰਦਾ ਆਇਆ ਸੀ ਘਰ ਨੂੰ ਮੁੜੇ ਜਾਂਦੇ ਦੇ ਉਹਦੇ ਕਦਮ ਠਿਡਕ ਠਿਡਕ ਜਾਂਦੇ ਸਨ ਉਹਨੂੰ ਲੱਗਿਆ ਜਿਵੇਂ ਕੋਈ ਉਹਦਾ ਪਿੱਛਾ ਕਰ ਰਿਹਾ ਹੋਵੇ ਉਹਦੇ ਬਿਲਕੁਲ ਨਾਲ ਕੋਈ ਤੁਰ ਰਿਹਾ ਹੋਵੇ ਉਹਨੇ ਪਿੱਛੇ ਮੁੜ ਕੇ ਦੇਖਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਉਹਦਾ ਪਰਛਾਵਾਂ ਹੀ ਸੀ ਜਿਹੜਾ ਸ਼ਾਇਦ ਉਸ ਤੋਂ ਵੀ ਜ਼ਿਆਦਾ ਡਰਿਆ ਹੋਇਆ ਸੀ ਉਸ ਤੋਂ ਵੀ ਜ਼ਿਆਦਾ ਕੰਬ ਰਿਹਾ ਸੀ ਖੜਕਾ ਹੋਣ ਦੇ ਡਰੋਂ ਪੰਜ ਗਜੀ ਤੋਤੀ ਦਾ ਲੜ ਉਹਨੇ ਇੱਕ ਹੱਥ ਨਾਲ ਫੜ ਲਿਆ ਸੰਭਲ ਸੰਭਲ ਤੁਰਦਾ ਉਹ ਇਦਾਂ ਆਪਣੇ ਘਰ ਆਵੜਿਆ ਜਿੱਦਾਂ ਕੋਈ ਸੱਪ ਚਾਨਣ ਦੀ ਮਸਤੀ ਵਿੱਚ ਖੇਡਦਾ-ਖੇਡਦਾ ਕਿਸੇ ਅਣਡਿੱਠ ਨਿਓਲੇ ਦੀ ਨਜ਼ਰ ਚੜਨੋਂ ਡਰਦਾ ਆਪਣੀ ਖੁੱਡ ਵਿੱਚ ਸਰਕ ਜਾਂਦਾ ਹੈ ਅੰਦਰੋਂ ਤਾਂ ਕੀ ਵਿੱਚ ਦੀ ਉਸ ਬਾਹਰ ਵੱਲ ਦੇਖਿਆ ਲੋਕਾਂ ਦਾ ਹੜ ਸ਼ਹਿਰ ਵੱਲ ਆ ਰਿਹਾ ਸੀ ਅਗਲੇ ਕਮਰੇ ਵਿੱਚ ਵੜਦਿਆਂ ਹੀ ਉਹ ਆਪਣੀ ਨਿਵਾਰੀ ਬਲੰਗ ਤੇ ਡਿੱਗ ਪਿਆ 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 ਆਪਣੀ ਪਹਿਲੀ ਜ਼ਿੰਦਗੀ ਬਾਰੇ ਸੋਚਣ ਲੱਗਾ ਤੇ ਸੋਚਦਾ ਸੋਚਦਾ ਉਹ ਉੱਥੇ ਪੁੱਜ ਗਿਆ ਜਿੱਥੇ ਚੌਧਰੀ ਰੌਣਕਮਲ ਨਹੀਂ ਸੀ ਹੁੰਦਾ ਬਸ ਰੌਣਕ ਹੀ ਹੁੰਦਾ ਸੀ ਇਕੱਲਾ ਮਾਂ ਦਾ ਲਾਡਲਾ ਰੌਣਕੀ ਤੇ ਉਹ ਪਿੰਡਾਂ ਵਿੱਚ ਫਿਰ ਕੇ ਕੱਪੜੇ ਵੇਚਦਾ ਹੁੰਦਾ ਸੀ ਛੋਟੀ ਜਹੀ ਕੱਪੜੇ ਦੀ ਭਾਰੀ ਗਠੜੀ ਕਿਸੇ ਬਾਜ਼ੀ ਕਰਨੀ ਦੀ ਪਿੱਠ ਤੇ ਲੱਦੇ ਨਿਆਣੇ ਵਾਂਗ ਉਹਦੀਆਂ ਵੱਖੀਆਂ ਵਿੱਚ ਵੜਵੜ ਜਾਂਦੀ ਸੀ ਪਿੰਡ ਦੀਆਂ ਸੁਆਣੀਆਂ ਨੂੰ ਗੱਜ-ਗੱਜ ਕੱਪੜਾ ਵੇਚਦਾ ਉਹ ਮਸਾਂ ਗੁਜ਼ਾਰਾ ਤੋਰਦਾ ਸੀ ਥੱਕਿਆ ਟੁੱਟਿਆ ਘਰ ਆ ਕੇ ਜਦੋਂ ਆਪਣੀ ਜਨਾਨੀ ਦੇ ਹੱਥਾਂ ਦੀ ਅੱਕੀ ਰੋਟੀ ਖਾਂਦਾ ਤਾਂ ਉਹਦਾ ਸਾਰਾ ਥਕੀਵਾ ਲੈ ਜਾਂਦਾ ਦੋਵੇਂ ਵੇਲੇ ਮਿਲਦੀ ਰੁੱਖੀ ਮਿੱਸੀ ਰੋਟੀ ਉਨੂੰ ਬਹੁਤ ਸਵਾਦ ਲੱਗਦੀ ਤੇ ਉਹ ਇਸ ਲਈ ਰੱਬ ਦਾ ਸੋਹ-ਸੋਹ ਸ਼ੁਕਰ ਕਰਦਾ ਜ਼ਿੰਦਗੀ ਸਾਵੀ ਤੁਰ ਰਹੀ ਸੀ ਇੱਕ ਦਿਨ ਉਹਦਾ ਕੱਪੜਾ ਬਹੁਤ ਵਿਕਿਆ ਕੁਝ ਰੁਪਏ ਉਹਨੂੰ ਆਧਾਰ ਦੇ ਮਿਲ ਗਏ ਘਰ ਆ ਕੇ ਉਹਨੇ ਜਦ ਗਿਣੇ ਤਾਂ ਪੂਰੇ 100 ਰੁਪਏ ਸਨ 100-100 ਦੇ ਨੋਟ ਉਹਨੇ ਬਹੁਤ ਦੇਖੇ ਸਨ ਸ਼ਹਿਰ ਦੇ ਹਟਵਾਣੀਆਂ ਦੀ ਦੁਕਾਨ ਦਾ ਗੱਲਾ ਸੋਸੋ ਦੇ ਨੋਟਾਂ ਨਾਲ ਹੀ ਭਰਿਆ ਰਹਿੰਦਾ ਸੀ। ਉਹਨੂੰ ਪਤਾ ਨਹੀਂ ਕੀ ਹੋੜਿਆ ਕਿ ਉਹ ਛੋਟੇ ਨੋਟਾਂ ਦੇ ਬਦਲੇ ਪਿੰਡ ਦੇ ਸ਼ਰਾਬ ਦੇ ਠੇਕੇ ਤੋਂ 100 ਦਾ ਇੱਕੋ ਇੱਕ ਨੋਟ ਬਦਲਾ ਲਿਆ ਆ। ਉਹਦੀ ਤਾਂ ਤੌਰ ਹੀ ਬਦਲ ਗਈ। ਘਰ ਵਿੱਚ ਪਹਿਲੀ ਵਾਰ 100 ਦਾ ਨੋਟ ਆਇਆ ਸੀ। ਕੋਰੇ ਕੁੱਜੇ ਵਿੱਚ 100 ਦਾ ਨੋਟ ਰੱਖ ਕੇ ਉਹਨੇ ਨਵੇਂ ਥਾਂ ਨਾਲੋਂ ਲੀਰ ਪਾੜ ਕੇ ਉਦਾ ਮੂੰਹ ਬੰਦ ਦਿੱਤਾ ਕੁੱਜਾ ਉਹ ਉੱਚੀ ਕੋਠੀ ਵਿੱਚ ਰੱਖ ਕੇ ਲੰਮਾ ਪੈ ਗਿਆ ਸਾਰੀ ਦੀ ਸਾਰੀ ਰਾਤ ਉਹ ਪਾਸੇ ਮਾਰਦਾ ਰਿਹਾ ਉਹਨੂੰ ਨੀਂਦ ਨਹੀਂ ਸੀ ਆ ਰਹੀ ਉਹ ਘੰਟੇ-ਘੰਟੇ ਵਿੱਚੋਂ ਕੁੱਜੇ ਦਾ ਮੂੰਹ ਖੋਲ ਕੇ ਸੋਹ ਦੇ ਨੋਟ ਨੂੰ ਹੱਥਾਂ ਨਾਲ ਟੋਹ-ਟੋਹ ਕੇ ਮੁੜ ਕੋਠੀ ਵਿੱਚ ਰੱਖ ਦਿੰਦਾ ਉਸ ਰਾਤ ਉਹਦੀ ਅਜੀਬ ਹਾਲਤ ਹੋ ਗਈ ਸੀ ਉਹਦੀ ਘਰ ਵਾਲੀ ਉਸਦੀ ਇਹ ਹਾਲਤ ਵੇਖ-ਵੇਖ ਘਬਰਾ ਰਹੀ ਸੀ ਉਸ ਨੂੰ ਕੀ ਚੱਲ ਚੜ ਗਿਆ ਸੀ ਉਸ ਰਾਤ ਉਹ ਹੁਣ ਵੀ ਕਦੇ-ਕਦੇ ਸੋਚਣ ਲੱਗ ਜਾਂਦੀ ਸੀ ਫਿਰ ਉਹਨੇ ਆਪਣੇ ਪਿੰਡ ਹੀ ਪਜਾਜੀ ਦੀ ਹੱਟੀ ਪਾ ਲਈ ਤੇ ਉਹ ਰੌਣਕੀ ਦੀ ਥਾਂ ਰੌਣਕ ਮਲ ਬਣ ਗਿਆ ਪਿੰਡ ਵਿੱਚ ਉਹਦਾ ਸੋਹਣਾ ਵਰਣ ਚਲ ਗਿਆ 2 2 4 ਤੋਂ ਵੱਧਦੀਆਂ ਅਸਾਮੀਆਂ ਹੁਣ ਸਾਰੇ ਪਿੰਡ ਵਿੱਚ ਫੈਲ ਗਈਆਂ ਕੱਪੜੇ ਤੇ ਲੱਗੇ ਕੰਟਰੋਲ ਨੇ ਉਹਨੂੰ ਬਲੈਕ ਕਰਨੀ ਸਿਖਾਈ ਨਿਤ ਨਵੇਂ ਟੈਕਸਾਂ ਨੇ ਉਹਨੂੰ ਦੂਰੀਆਂ ਵਈਆਂ ਰੱਖਣੀਆਂ ਸਿਖਾ ਦਿੱਤੀਆਂ ਪਿੰਡ ਦਾ ਵਾਲ-ਵਾਲ ਉਹਦਾ ਕਰਜ਼ਾਈ ਸੀ ਸਾਰੇ ਇਲਾਕੇ ਵਿੱਚ ਹੁਣ ਰੌਣਕ ਮਲ ਰੌਣਕ ਮਲ ਹੋ ਰਹੀ ਸੀ ਫੇਰ ਉਹ ਨੂੰ ਆਪਣਾ ਪਿੰਡ ਛੋਟਾ ਛੋਟਾ ਲੱਗਣ ਲੱਗਾ ਜਿਵੇਂ ਉਹਦੀ ਦਿਨ ਪਰ ਦਿਨ ਵਾਧੀ ਗੋਗੜ ਹੁਣ ਉਸ ਪਿੰਡ ਵਿੱਚ ਨਹੀਂ ਸੀ ਸਮਾ ਸਕਦੀ ਇੱਕ ਰਾਤ ਉਹ ਟਰੱਕ ਵਿੱਚ ਸਮਾਨ ਪਾ ਕੇ ਲਾਗਲੇ ਸ਼ਹਿਰ ਆਵੜਿਆ ਅਸਾਮੀਆਂ ਪਿੰਡਾਂ ਤੋਂ ਸ਼ਹਿਰ ਦੇ ਚੱਕਰ ਮਾਰਨ ਲੱਗੀਆਂ ਜਿਸ ਦੀ ਧੀ ਪਿੰਡ ਦਾ ਵਿਆਹ ਕਰਿਆ ਜਾਂਦਾ ਉਹ ਰੌਣਕ ਮਾਣ ਕੋਲ ਜ਼ਰੂਰ ਜਾਂਦਾ ਜ਼ਮੀਨ ਗਹਿਣੇ ਧਰ ਕੇ ਆਪਣੀ ਗਰਜ਼ ਪੂਰੀ ਕਰਦਾ ਤੇ ਰੌਣਕ ਮਲਦੇ ਗੁਣਗਾਂਦਾ ਨਾ ਥੱਕਦਾ ਹੁਣ ਰੌਣਕ ਮਲਦੇ ਦੋ ਪੱਠੇ ਚੱਲਦੇ ਸਨ ਉਹਦੇ ਆਪਣੇ ਟਰੱਕ ਚੱਲਦੇ ਸਨ ਤੇ ਕਈ ਕੰਪਨੀਆਂ ਦਾ ਉਹ ਹਿੱਸੇਦਾਰ ਸੀ ਉਹਦਾ ਇੰਨਾ ਕੰਮ ਹੋਣ ਤੇ ਵੀ ਉਹਨੂੰ ਹੁਣ ਕੋਈ ਕੰਮ ਨਹੀਂ ਸੀ ਬਸ ਗੋਗੜ ਤੇ ਘੜੀ ਮੁੜੀ ਹੱਥ ਫੇਰਦਾ ਰਹਿੰਦਾ ਤੇ ਕਦੇ-ਕਦੇ ਮਸਤੀ ਵਿੱਚ ਆ ਕੇ ਆਪਣੀ ਘਰਵਾਲੀ ਤੇ ਰੋਗ ਛਾੜਦਾ। ਭਗਵਾਨ ਨੇ ਕੀ ਸਮਝਦੀ ਹੈ? ਜਿਹੜੇ ਰੌਣਕੀ ਨੂੰ ਘਰ ਵਿੱਚ ਸੋ ਦਾ ਨੋਟ ਪਿਆ ਦੇ ਕੇ ਉਸ ਰਾਤ ਨੀਂਦ ਨਹੀਂ ਸੀ ਆਈ। ਅੱਜ ਚਾਰ ਡਿੰਗਾ ਤੇ ਪਿਸ਼ਾਬ ਖਾਨ ਗਿਆ ਵੀ ਇੰਨਾ ਕਮਾ ਲੈਂਦਾ। ਬਦੀ ਗੋਗੜ ਤੇ ਉਹਦਾ ਹੱਥ ਮੱਲੋ ਮੱਲੀ ਫਿਰਨ ਲੱਗ ਜਾਂਦਾ। ਇਸ ਸਾਲ ਦੀਆਂ ਚੋਣਾਂ ਵਿੱਚ ਉਹ ਸ਼ਹਿਰ ਦਾ ਮੁਖੀਆ ਚੁਣਿਆ ਗਿਆ। ਰੌਣਕ ਮਲ ਤੋਂ ਹੁਣ ਉਹ ਚੌਧਰੀ ਰੌਣਕ ਮਲ ਬਣ ਗਿਆ ਸੀ ਇੰਨਾ ਕੁਝ ਹੋਣ ਤੇ ਵੀ ਉਹਨੂੰ ਚੈਨ ਨਹੀਂ ਸੀ ਮਿਲਿਆ ਵਪਾਰਕ ਧੰਧਿਆਂ ਵਿੱਚ ਉਲਝਿਆ ਉਹ ਦਿਨ ਰਾਤ ਭਟਕਦਾ ਰਹਿੰਦਾ ਉਹਦੀਆਂ ਕਈ ਅਸਾਮੀਆਂ ਨੂੰ ਅੱਖਾਂ ਦਿਖਾਉਣ ਲੱਗ ਜਾਂਦੀਆਂ ਤੇ ਕਈ ਅਸਾਮੀਆਂ ਮਰ ਮੁਕਰ ਜਾਂਦੀਆਂ ਉਹਦੇ ਆਪਣੇ ਖਾਸ ਪਿੰਡ ਦਾ ਬਚਨਾ ਕਾਮਰੇਡ ਖੁੱਲਮ ਖੁੱਲਾ ਉਹਦੇ ਖਿਲਾਫ ਪ੍ਰਚਾਰ ਕਰਦਾ ਬਾਹ ਕੱਢ ਕੇ ਉਹਦੀਆਂ ਦੁਕਾਨਾਂ ਦੀਆਂ ਕਤਾਰਾਂ ਵੱਲ ਇਸ਼ਾਰਾ ਕਰਕੇ ਕਹਿੰਦਾ ਓਏ ਰੌਣਕਾ ਕੀ ਦੀ ਖਾਤਰ ਜੋੜਦਾ ਹੈ ਮਿਲਖਾ ਮੌਕਾ ਆਉਣ ਤੇ ਲੋਕਾਂ ਨੇ ਸਭ ਸਾਮ ਲੈਣੀਆਂ ਨੇ ਇਹ ਸੁਣ ਕੇ ਚੌਧਰੀ ਰੌਣਕਮਲ ਉੱਪਰੋਂ ਤਾਂ ਹੱਸ ਛੱਡਦਾ ਪਰ ਅੰਦਰੋਂ ਅੰਦਰੀ ਜਿਵੇਂ ਉਹਨੂੰ ਕੰਬਾ ਛਿੜ ਜਾਂਦਾ ਆਪਸ ਵਿੱਚ ਗੱਲਾਂ ਕਰਦੇ ਲੋਕ ਉਹਨੂੰ ਇੰਜ ਲੱਗਦਾ ਜਿਵੇਂ ਉਹਦੀਆਂ ਹੀ ਚੁਗਲੀਆਂ ਕਰ ਰਹੇ ਹੋਣ ਉਹਦੇ ਖਿਲਾਫ ਵਿਉਂਤਾਂ ਬਣਾ ਰਹੇ ਹੋਣ ਕਈ ਕਈ ਪਰਮ ਕਈ ਕਈ ਵਹਿਮ ਖਾਮ ਖਾਓ ਨੂੰ ਤੰਗ ਕਰੀ ਜਾਂਦੇ ਉਹਦੀਆਂ ਰਾਤਾਂ ਦੀ ਨੀਂਦ ਹਰਾਮ ਹੁੰਦੀ ਰਹਿੰਦੀ ਕਦੇ ਕਦੇ ਉਹ ਉੱਬੜ ਵਾਹੇ ਉੱਠ ਬੈੰਦਾ ਭੜੇ ਭੜੇ ਸੁਪਨੇ ਆਉਂਦੇ ਸਨ ਉਹਨੂੰ ਫੇਰ ਉਹਨੇ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ। ਪੰਡਤਾਂ ਭਾਈਆਂ ਨੂੰ ਉਹ ਪੁੱਜਣ ਲੱਗਾ। ਇਲਾਕੇ ਦੇ ਵੱਡੇ ਸੰਤਾਂ ਨੂੰ ਕਈ ਵਾਰ ਕਾਰ ਵਿੱਚ ਬਿਠਾ ਕੇ ਆਪਣੇ ਸ਼ਹਿਰ ਲੈ ਆਇਆ। ਸਾਲ ਵਿੱਚ ਉਹਨੇ ਕਈ ਸਤਸੰਗ ਕਰਾਇਆ। ਸਕੂਲਾਂ, ਮੰਦਰਾਂ ਤੇ ਗੁਰਦੁਆਰਿਆਂ ਨੂੰ ਉਹਨੇ ਹਜ਼ਾਰਾਂ ਰੁਪਏ ਮਦਦ ਭਜਾਉਂ ਦਿੱਤੇ। ਹੜ੍ਹ ਪੀੜਤਾਂ ਵਿੱਚ ਉਹਨੇ ਹਜ਼ਾਰਾਂ ਕੰਬਲ ਵੰਡੇ। ਇਲੈਕਸ਼ਨ ਫੰਡ ਵਿੱਚ ਉਹਨੇ ਐਡੀ ਵੱਡੀ ਥੱਲੀ ਪੇਂਟ ਕੀਤੀ ਕਿ ਵੱਡੇ ਵੱਡੇ ਸ਼ਾਹੂਕਾਰਾਂ ਦੇ ਦੰਦ ਜੋੜ ਦਿੱਤੇ ਪਰ ਫੇਰ ਵੀ ਇੱਕ ਖੋਜ ਹੀ ਇੱਕ ਝਟਕਣ ਜਹੀ ਉਹਨੂੰ ਅੰਦਰੋਂ ਅੰਦਰ ਖਾਈ ਜਾ ਰਹੀ ਸੀ ਆਪਣੇ ਕੰਮ ਤੋਂ ਅਵੇਸਲਾ ਹੋ ਕੇ ਕੰਮ ਜਿਹੜਾ ਆਪੇ ਹੀ ਚੱਲੀ ਜਾ ਰਿਹਾ ਸੀ ਉਹ ਚੈਨ ਭਾਲ ਰਿਹਾ ਸੀ ਉਹੋ ਜਿਹਾ ਚੈਨ ਜਿਹੜਾ ਉਹਨੂੰ ਕਦੇ ਪਿੰਡਾਂ 'ਚ ਗੱਜ-ਗੱਜ ਕਪੜਾ ਵੇਚ ਕੇ ਆਏ ਥੱਕੇ ਟੁੱਟੇ ਨੂੰ ਚੁੱਲ੍ਹੇ ਮਰੇ ਬੈ ਕੇ ਰੁੱਖੀ ਮਿੱਸੀ ਰੋਟੀ ਖਾਂਦਿਆ ਨਸੀਬ ਹੁੰਦਾ ਸੀ ਕਿੰਨਾ ਅਠਰਮਾ ਕਿੰਨਾ ਚੈਨ ਸੀ ਉਸ ਦੀ ਜ਼ਿੰਦਗੀ ਵਿੱਚ ਉਹ ਕਦੇ-ਕਦੇ ਸੋਚਦਾ ਫਿਰ ਉਹਨੂੰ ਇੱਕ ਪ੍ਰਤਾਪੀ ਸੰਤਾਂ ਦੇ ਦਰਸ਼ਨ ਹੋਏ ਸਾਰੀ ਵਿਥਿਆ ਉਹਨੇ ਸੰਤਾਂ ਨੂੰ ਕਹਿ ਸੁਣਾਈ ਇੱਕ ਵੇਰਾਂ ਤਾਂ ਉਹ ਸੰਤਾਂ ਅੱਗੇ ਚੌਧਰੀ ਰੌਣਕ ਮਲ ਤੋਂ ਇੱਕ ਤੁੱਛ ਰੌਣਕੀ ਬਣ ਗਿਆ। ਸੰਤ ਨੂੰ ਦਇਆ ਆ ਗਈ ਉਹਦੀ ਹਾਲਤ ਦੇਖ ਕੇ। ਮੂੰਹ ਵਿੱਚ ਘਾ, ਗਲ ਵਿੱਚ ਖੱਦਰ ਦਾ ਪਰਣਾ ਅਤੇ ਨੰਗੇ ਪੈਰੀ ਸ਼ਹਿਰ ਦਾ ਚੌਧਰੀ ਉਹਨਾਂ ਦੇ ਚਰਨਾਂ ਵਿੱਚ ਢਿਆ ਪਿਆ ਸੀ। ਸੰਤਾਂ ਨੇ ਜਗ ਕਰਾਇਆ। ਉਹਨਾਂ ਨੇ ਉਹਦਾ ਹੱਥ ਲਵਾ ਕੇ ਗਰੀਬਾਂ ਨੂੰ ਕੱਪੜੇ ਵੰਡਾਏ। ब्राहਮਣਾ ਨੂੰ ਕਈ ਕਪਲਾ ਗਊਆਂ ਦਾਨ ਕਰਵਾਈਆਂ ਉਹ ਉਹਦੇ ਕੋਲ ਸਵਾ ਮਹੀਨਾ ਰਹੇ ਜਾਂਦੇ ਹੋਏ ਉਹਨੂੰ ਉਹ ਅਸੀਸ ਦੇ ਗਏ ਤੇ ਕਹਿ ਗਏ ਦੇਖ ਰੌਣਕ ਮੱਲ ਕੱਲ ਨੂੰ ਮੰਗਲਵਾਰ ਹੈ ਕੱਲ ਤੋਂ ਹੀ ਡੁੱਬਦੇ ਸੂਰਜ ਨਾਲ ਕੀੜਿਆਂ ਦੇ ਭੌਣ ਤੇ ਤਿਲ ਚੋਲੀ ਪਾਇਆ ਕਰ ਸਵਾ ਸਾਲ ਤਿਲ ਚੋਲੀ ਪਾਉਂਦਾ ਰਿਹਾ ਤਾਂ ਇਹ ਬੇਜਬਾਨ ਕੀੜੇ ਤੈਨੂੰ ਤਾਰ ਦੇਣਗੇ ਦੇਖੀ ਕਿਤੇ ਭੁੱਲ ਨਾ ਜਾਈ। ਇਹ ਕਹਿ ਕੇ ਸੰਤ ਨਗਰੀ ਤੋਂ ਬਾਹਰ ਹੋ ਗਏ। ਹੁਣ ਹਰ ਡੁੱਬਦੇ ਸੂਰਜ ਨਾਲ ਚੌਧਰੀ ਰੌਣਕ ਮਲ ਕੀੜਿਆਂ ਦੇ ਭੌਣ ਤੇ ਤਿਲ ਚੌਲੀ ਪਾਉਣ ਜਾਂਦਾ। ਵੱਡੇ ਤੋਂ ਵੱਡਾ ਕੰਮ ਛੱਡ ਉਹ ਆਪਣੇ ਹੱਥੀਂ ਤਿਲ ਚੌਲੀ ਪਾ ਕੇ ਆਉਂਦਾ। ਕਿੰਨਾ ਕਿੰਨਾ ਚਿਹਰਾ ਕੀੜਿਆਂ ਦੇ ਭੌਣ ਤੇ ਬੈਠਾ। ਚੌਲਾਂ ਪਿੱਛੇ ਕੀੜਿਆਂ ਦੀ ਲੜਾਈ ਦੇਖਦਾ ਰਹਿੰਦਾ। ਸਵਾਦ ਲੈਂਦਾ ਰਹਿੰਦਾ ਆਪਣੀ ਜ਼ਿੰਦਗੀ ਉਹਨੂੰ ਫੇਰ ਸਾਵੀ ਹੁੰਦੀ ਚਾਪੀ ਕਈ ਦਿਨਾਂ ਤੋਂ ਉਹ ਇੱਕ ਅਜੀਬ ਤਮਾਸ਼ਾ ਵੇਖ ਰਿਹਾ ਸੀ ਛੋਟੇ-ਛੋਟੇ ਕੀੜਿਆਂ ਤੋਂ ਇੱਕ ਵੱਡੇ ਕਦਬੁੱਤ ਵਾਲਾ ਕੀੜਾ ਤਿੱਲ ਲੱਗੀ ਸ਼ੱਕਰ ਦੀ ਚਿਪਕੀ ਰੋੜੀ ਖੋ ਕੇ ਲੈ ਜਾਂਦਾ ਉਹਦਾ ਇਹ ਹਮਲਾ ਵੇਖ ਕੇ ਚੌਧਰੀ ਖੇੜ ਉੱਠਦਾ ਕਿੰਨਾ ਹਿੰਮਤੀ ਹੈ ਸਦਕੇ ਤੇਰੇ ਉਦੇ ਮੂੰਹੋਂ ਆਪੇ ਨਿਕਲ ਜਾਂਦਾ ਅੱਜ ਸ਼ਹਿਰ ਵਿੱਚ ਕੁਸ਼ਤੀਆਂ ਸਨ ਇਲਾਕੇ ਵਿੱਚੋਂ ਆਏ ਕਰਜਾਈ ਔਥੇ ਪਾਈ ਸ਼ਰਾਬ ਵਿੱਚ ਗੁੱਟ ਉਹਦੇ ਵੱਲ ਘੂਰ ਘੂਰ ਦੇਖਦੇ ਸਨ ਕਾਮਰੇਡ ਬਚਨਾ ਲੋਕਾਂ ਦੇ ਹੜ ਵਿੱਚ ਚਾਮਲਿਆ ਇਉਂ ਸੀ ਜਿਵੇਂ ਵਿਆਹ ਵਿੱਚ ਨਾਇਣ ਫਿਰਦੀ ਹੁੰਦੀ ਹੈ ਚੌਧਰੀ ਰੌਣਕ ਮੱਲ ਨੂੰ ਕੁਸ਼ਤੀਆਂ ਵੇਖਣਾ ਅੱਜ ਚੰਗਾ ਨਾ ਲੱਗਾ ਉਹ ਤਾਂ ਆਪਣੇ ਪਹਿਲਵਾਨ ਕੀੜੇ ਦੇ ਦਾਅ ਪੇਚੀ ਵੇਖੇਗਾ ਇਹ ਸੋਚਦਾ ਠਰਮੇ ਨਾਲ ਤੁਰਦਾ ਅਟਖੇਲੀਆਂ ਕਰਦਾ ਉਹ ਕੀੜਿਆਂ ਦੇ ਭੌਣ ਤੇ ਪੁੱਜਾ ਤਿਲ ਚੋਲੀ ਪਾਉਣ ਤੋਂ ਪਹਿਲਾਂ ਉਹਨੇ ਇੱਕ ਨਿੱਕੀ ਜਹੀ ਚਿਪਕੀ ਹੋਈ ਤਿਲਾਂ ਨਾਲ ਭਰੀ ਗੁੜ ਦੀ ਰੋੜੀ ਭੌਣ ਤੇ ਸੁਟੀ ਤਮਾਸ਼ਾ ਵੇਖਣ ਲਈ ਉਹ ਤਿਆਰ ਹੋ ਗਿਆ ਐਤਕੀ ਉਦੇ ਮੂੰਹੋਂ ਸਦਕੇ ਤੇਰੇ ਨਾ ਨਿਕਲਿਆ ਉਹ ਕੰਬ ਗਿਆ ਵੱਡੇ ਕੀੜੇ ਤੋਂ ਗੁੜ ਦੀ ਨਿੱਕੀ ਜਹੀ ਡਲੀ ਖੋ ਕੇ ਛੋਟੇ ਛੋਟੇ 5 6 ਕੀੜੇ ਆਪਣੀ ਖੁੱਡ ਵੱਲ ਚਾਈ ਚਾਈ ਲੈ ਜਾ ਰਹੇ ਸਨ